ਉਹ ਵੀ ਤਾਂ ਕਰ ਲੈਂਦੇ ਹਾਂ ਐਕਚੁਅਲੀ। ਇਹਦੇ ਵਿੱਚ ਜਿਪ ਵਿੱਚ ਰੱਖਿਆ ਹੋਇਆ ਸੀਗਾ ਮੈਂ ਨਾ ਸਾਰਾ, ਇਹਦੇ ਚ ਮੇਰੀ ਤਿੰਨੋਂ ਰਿੰਗਸ ਸੀਗੀਆਂ, ਅਗਲੇ ਗੋਲਡ ਵਾਲੇ ਪਰਸ ਚ, ਇੱਥੇ ਨੀਚੇ ਗੋਲਡ ਐ ਪਰਸ ਵਿੱਚ ਹੀ ਮੰਮੀ ਨੇ ਪੂਰਾ ਪਾਊਚ ਨਾ ਤੇ ਇਹ ਪਾਊਚ ਐਸ ਇਟ ਇਜ਼ ਸੀਗਾ। ਥੋੜਾ ਨਾ ਇਸ਼ਾਰਾ ਕਰਦੇ ਉਸ ਸਾਈਡ ਅਲਮਾਰੀ ਵਾਲੀ ਸਾਈਡ, ਉਹ ਥੋੜੀ ਪਰਸਾਂ ਨੂੰ ਇਧਰ ਉਂਗਲ ਕਰਦਾ ਹਾਂ। ਹਾਂਜੀ ਇਹ ਪਰਸ ਵਿੱਚੋਂ ਪਾਉਂਦੇ ਹਾਂ। ਇਹ ਸੋਚ ਸਰ ਕੀ ਨਾਮ ਤੁਹਾਡਾ, ਕੀ ਗੱਲਬਾਤ ਹੈ? ਮੇਰਾ ਨਾਮ ਗੁਰਪ੍ਰੀਤ ਮਠਾਰੂ, ਮੈਂ ਬੈਕ ਸਾਈਡ ਪੁਸ਼ਪ ਥੀਏਟਰ ਦੇ ਉੱਥੇ ਮੇਰਾ ਘਰ ਹੈਗਾ ਤੇ ਰੀਸੈਂਟਲੀ ਨਾ ਸਾਡੇ ਇੱਥੇ ਚੋਰੀ ਹੋ ਗਈ ਹੈ ਗੋਲਡ ਅਤੇ ਕੈਸ਼ ਦੀ, ਅਤੇ ਸਾਨੂੰ 100% ਸ਼ੱਕ ਹੈ ਕਿ ਜੋ ਸਾਡੀ ਮੇਡ 1.5 ਮਹੀਨਾ ਪਹਿਲਾਂ ਲੱਗੀ ਸੀ ਅਤੇ ਇਹ ਉਹਨੇ ਕਰਾਇਆ, ਉਹਨੇ ਕੀਤਾ। ਨਾਲ ਹੀ ਜਿਸ ਵੇਲੇ ਸਾਨੂੰ ਪਤਾ ਲੱਗਾ ਜਦੋਂ ਕਿ ਅਸੀਂ ਸਾਨੂੰ ਗੋਲਡ ਦੀ ਰਿਕੁਆਇਰਡ ਹੈਗੀ ਹੈ 23 ਤਰੀਕ ਨੂੰ, ਇਹ 21 ਤਰੀਕ ਛੱਡ ਕੇ ਚੱਲ ਗਈ ਕੰਮ। ਅਤੇ ਬਾਅਦ 'ਚੋਂ ਪੁੱਛ ਪੜਤਾਲ ਜਦੋਂ ਕਰਵਾਈ ਸਾਰੀ ਇਹਦੀ ਤਾਂ ਪਤਾ ਲੱਗਾ ਕਿ ਆਲਰੇਡੀ 4 ਘਰਾਂ 'ਚ ਵੀ ਇਹੀ ਸੇਮ ਲੇਡੀ ਕੰਮ ਕਰ ਰਹੀ ਅਤੇ 4 ਘਰਾਂ 'ਚ ਗੋਲਡ ਦੀ ਅਤੇ ਕੈਸ਼ ਦੀ ਚੋਰੀ ਹੋਈ ਦੀ ਹੈ, ਅਤੇ ਬਹੁਤ ਜ਼ਿਆਦਾ ਅਮਾਊਂਟ ਹੈ ਬਣਦੀ ਹੈ। ਤੁਹਾਡਾ ਕੀ ਚੋਰੀ ਹੋਇਆ? ਮੇਰਾ ਗੋਲਡ ਗਿਆ ਅਤੇ ਕੈਸ਼ ਗਿਆ, 59,000 ਰੁਪਇਆ ਕੈਸ਼ ਅਤੇ 15 ਤੋਲੇ ਗੋਲਡ ਗਿਆ। ਅਸੀਂ ਅੱਜ DSP ਸਿਟੀ ਪਠਾਨਕੋਟ ਨੂੰ ਰਿਟਨ ਕੰਪਲੇਂਟ ਦਿੱਤੀ ਹੈ ਵਿਦ ਅਲੋਂਗ ਵਿਦ ਵਪਾਰ ਮੰਡਲ ਪਠਾਨਕੋਟ ਦੇ ਨਾਲ, ਤਾਂ ਕਿ ਦੱਸੀ ਅਵੇਅਰਨੈਸ ਵੀ ਹੋਏ ਕਿ ਇਹ ਲੇਡੀ ਹੋਰ ਵੀ ਘਰਾਂ ਨੂੰ ਸ਼ਿਕਾਰ ਬਣਾ ਸਕਦੀ ਹੈ, ਅਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਮੰਗ ਹੈ ਕਿ ਇਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ ਅਤੇ ਸਾਡਾ ਜਿਹੜਾ ਗੋਲਡ ਹੈ ਅਤੇ ਕੈਸ਼ ਹੈ ਉਹ ਸਾਨੂੰ ਵਾਪਸ ਬੁਲਾਇਆ ਜਾਏ।